1 ਫਰਵਰੀ ਸੰਨ 1788 ਇਸ ਦਿਨ ਇਸਾਕ ਬ੍ਰਿਗਸ ਅਤੇ ਵਿਲੀਅਮ ਲੌਂਗ ਸਟ੍ਰੀਟ ਨੇ ਭਾਫ ਨਾਲ ਚੱਲਣ ਵਾਲੀ ਕਿਸ਼ਤੀ ਨੂੰ ਆਪਣੇ ਨਾਂ ਉੱਤੇ ਪੇਟੈਂਟ ਕਰਵਾਇਆ। ਅੱਜ ਦੇ ਹੀ ਦਿਨ ਸੰਨ 1884 ਵਿੱਚ ਅੰਗਰੇਜ਼ੀ ਦੀ ਆਕਸਫੋਰਡ ਡਿਕਸ਼ਨਰੀ ਦਾ ਪਹਿਲਾ ਐਡੀਸ਼ਨ ਛਪਿਆ। ਸੰਨ 1901 ਫਰਵਰੀ ਨੂੰ ਅਮਰੀਕਾ ਦੀ ਈਸਟਮੈਨ ਕੋਡਕ ਕੰਪਨੀ ਨੇ $1 ਵਿੱਚ ਬਰਾਊਨੀ ਬੋਕਸ ਕੈਮਰਾ ਪੇਸ਼ ਕੀਤਾ। ਅੱਜ ਦੇ ਹੀ ਦਿਨ ਸੰਨ 1913 ਵਿੱਚ ਨਿਊਯਾਰਕ ਵਿਖੇ ਗ੍ਰੈਂਡ ਸੈਂਟਰਲ ਟਰਮੀਨਲ ਨਾਂ ਦੇ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਇਸੇ ਹੀ ਦਿਨ ਸੰਨ 1914 ਵਿੱਚ ਸੁਤੰਤਰਤਾ ਸੈਨਾਨੀ ਦੇ ਨਾਲ ਨਾਲ ਅਭਿਨੇਤਾ ਰਹਿ ਚੁੱਕੇ ਏ.ਕੇ. ਹੰਗਲ ਦਾ ਜਨਮ ਸਿਆਲਕੋਟ ਪੰਜਾਬ ਵਿੱਚ ਹੋਇਆ। ਹੰਗਲ ਨੂੰ 2006 ਵਿੱਚ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਅੱਜ ਦੇ ਹੀ ਦਿਨ ਸੰਨ 1946 ਵਿੱਚ ਨਾਰਵੇਜੀਅਨ ਦੇ ਸਿਆਸਤਦਾਨ ਟ੍ਰਾਈਗਵੀ ਲਾਈ ਨੂੰ UNO ਦਾ ਪਹਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਉਹ ਇਸ ਅਹੁਦੇ ਉੱਤੇ 1946 ਤੋਂ ਸੰਨ 1952 ਤੱਕ ਰਹੇ। 1 ਫਰਵਰੀ ਸਾਲ 2003 ਇਸ ਦਿਨ ਅਮਰੀਕਾ ਦੀ ਨਾਸਾ ਪੁਲਾੜ ਏਜੰਸੀ ਵੱਲੋਂ ਪੁਲਾੜ ਵਿੱਚ ਭੇਜਿਆ ਸਪੇਸ ਸ਼ਟਲ ਵਾਪਸ ਧਰਤੀ ਦੀ ਸਤ੍ਹਾ ਵਿੱਚ ਆਉਂਦਿਆਂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 7 ਪੁਲਾੜ ਯਾਤਰੀਆਂ ਦੀ ਮੌਤ ਹੋ ਗਈ। ਇਸ ਸਪੇਸ ਸ਼ਟਲ ਵਿੱਚ ਸਵਾਰ ਭਾਰਤੀ ਮੂਲ ਦੀ ਪਹਿਲੀ ਅਮਰੀਕਨ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਵੀ ਮੌਤ ਹੋ ਗਈ ਸੀ।